ਮੈਨੂੰ ਇੱਕ ਦੋ ਵਾਰੀ ਦੇਖਿਆ ਇੱਦਾਂ ਸਕੂਲੇ ਆਉਂਦੇ ਜਾਂਦਿਆਂ ਨੂੰ। ਫਿਰ ਮੈਂ ਉੱਦਾਂ ਆਪਣੇ ਫਰੈਂਡ ਕੋਲ ਗੱਲ ਕੀਤੀ, ਮੈਂ ਇਹ ਕੁੜੀ ਜਾਂਦੇ ਆ ਕਿ ਮੈਨੂੰ ਵਧੀਆ ਲੱਗਦੇ ਆ, ਕਹਿੰਦਾ ਚਲੋ ਮੈਂ ਦੇਖਦਾ। ਉਹਨੇ ਫਿਰ ਅੱਗੇ ਆਪਣੇ ਫਰੈਂਡ ਨੂੰ ਦੱਸਿਆ ਕਿ ਇਹ ਕੁੜੀ ਕੌਣ ਆ, ਕਿੱਥੋਂ ਦੀ ਆ। ਆਪਾਂ ਡਰ ਜਾਂਦੇ ਨਾ ਕਿ ਘਰਦਿਆਂ ਨੂੰ ਬਾਅਦ ਪਤਾ ਲੱਗੂ ਕਿੱਦਾਂ ਦਾ ਲੱਗੂਗਾ, ਆਪ ਦੱਸ ਦਈਏ। ਮੈਂ ਫਿਰ ਆਪਣੇ ਆਪ ਦੱਸ ਦਿੱਤਾ, ਮੈਂ ਕਿ ਇੱਦਾਂ ਇੱਦਾਂ ਮੁੰਡਾ ਹੈ ਨਾ, ਉਹਨਾਂ ਨਾਲ ਮੈਂ ਗੱਲ ਕਰਦੀ ਹਾਂ, ਮੰਮਾ ਨੂੰ ਦੱਸਿਆ ਪਹਿਲਾਂ। ਕਹਿੰਦੇ ਉਹਦੇ ਘਰਦੇ ਮੰਨ ਜੂਗੇ? ਮੈਂ ਪਤਾ ਨਹੀਂ ਹਾਲੇ ਮੰਮੀ, ਕੋਈ ਪਤਾ ਨਹੀਂ ਹਾਲੇ, ਕੋਈ ਗੱਲ ਨਹੀਂ ਹੋਈ। ਕਹਿੰਦੇ ਜੇ ਤਾਂ ਉਹਦੇ ਸਹਿਮਤੀ ਨਾਲ ਵਿਆਹ ਹੋਊਗਾ ਤਾਂ ਅਸੀਂ ਤਿਆਰ, ਜੇ ਤੁਸੀਂ ਇੱਦਾਂ ਦਾ ਕੋਈ ਕਦਮ ਚੱਕਣਾ ਸੀ ਤੁਹਾਡੇ ਨਾਲ। ਕਹਿੰਦੀ ਪਰ ਤੂੰ ਇੱਦਾਂ ਦਾ ਕੰਮ ਨਹੀਂ ਕਰ ਸਕਦੀ, ਯਕੀਨ ਨਹੀਂ ਹੁੰਦਾ ਨਾ ਕਿ ਮੇਰੇ ਪੇਰੈਂਟਸ ਨੂੰ ਬੱਚਾ ਇੱਦਾਂ ਦਾ ਸੀ ਸਾਡਾ ਨਾ ਕਿੱਦਾਂ ਹੋ ਜਾਂਦਾ। ਫਿਰ ਮੈਂ ਕਿਹਾ ਮੰਮਾ ਹੋਏਗੀ, ਮੈਂ ਕਰਦੀ ਹਾਂ ਪਸੰਦ ਨਾ ਮੁੰਡੇ ਨੂੰ, ਗੱਲ ਕਰਦੀ ਹਾਂ, ਤੁਹਾਨੂੰ ਸੱਚ ਦੱਸਿਆ ਪਹਿਲਾਂ। ਇਹ ਛੋਟੇ ਕੱਪੜੇ ਪਾਉਂਦੀ ਆ, ਮੁੰਡਿਆਂ ਨਾਲ ਘੁੰਮਦੀ ਰਹਿੰਦੀ ਆ ਨਿੱਕੇ ਨਿੱਕੇ ਨਾਲ, ਹੈ ਨਾ। ਹੁਣ ਤੁਹਾਨੂੰ ਪਤਾ ਬੱਚਿਆਂ ਦਾ ਆਪਣਾ ਆਪਣਾ ਸ਼ੌਂਕ ਹੁੰਦਾ, ਇੱਕ ਮੇਰਾ ਸ਼ੌਂਕ ਲੱਗ ਗਈ ਸੀਗਾ ਕਿ ਮੈਂ ਮੁੰਡਿਆਂ ਵਾਂਗ ਵਰ ਕੇ ਰਹਾਂ। ਲੱਗ ਗਈ ਇਹਨਾਂ ਨੂੰ, ਮੈਂ ਕਿਹਾ ਤਾਂ ਸੀਗਾ ਮੈਨੂੰ ਫੁੱਟਬਾਲ ਦਾ ਸ਼ੌਂਕ ਆ, ਅਕੈਡਮੀ ਜੁਆਇਨ ਕਰਾ ਦਿਓ ਮੇਰੀ, ਹੈ ਨਾ। ਪਰ ਇਹ ਮੰਨੇ ਨਹੀਂ, ਕਹਿੰਦੇ ਹਲੇ ਚੰਗਾ ਨਹੀਂ ਲੱਗਦਾ। ਮੇਰੀ ਸੱਸ ਮਾਂ ਕਹਿੰਦੇ ਹੁਣ ਵਿਆਹੀ ਗਈ ਆ, ਇੱਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਲੋਕ ਕੀ ਕਹਿਣਗੇ। ਮੈਂ ਕਿਹਾ ਲੋਕ ਤਾਂ ਬਹੁਤ ਕੁਛ ਕਹਿੰਦੇ ਆ ਨਾ, ਲੋਕਾਂ ਦੇ ਪਿੱਛੇ ਲੱਗਾਂਗੇ ਤਾਂ ਫਿਰ ਕੁਛ ਨਹੀਂ ਹੋ ਸਕਦਾ। ਮੇਰਾ ਸ਼ੌਂਕ ਆ ਮੈਂ ਟਰੋਫੀ ਜਿੱਤਾਂ, ਹੈ ਨਾ, ਇੰਟਰਨੈਸ਼ਨਲ ਗੇਮ ਖੇਡਾਂ। ਬੰਦੇ ਦਾ ਆਪਣਾ ਆਪਣਾ ਹੁੰਦਾ ਕਿ ਮੈਂ ਕਿਤੇ ਜਾਊਂ, ਹੈ ਨਾ। ਮੇਰਾ ਇਹ ਚਾਅ ਦੂਰਾ ਰਹਿ ਗਿਆ ਵਾ, ਬਾਕੀ ਤਾਂ ਸਭ ਕੁਛ ਮੈਨੂੰ ਦਿੰਦੇ, ਜੋ ਚੀਜ਼ ਮੰਗਦੀ ਆ ਮਿਲਦੀ ਆ, ਖੁਸ਼ ਵੀ ਰੱਖਦੇ ਨੇ। ਵਿਆਹ ਤੋਂ ਬਾਅਦ ਬੰਦਾ ਕਹਿੰਦਾ ਨਾ ਕਿ ਖੁਸ਼ ਵੀ ਰਹਾਂਗੇ ਆਪਾਂ, ਕੋਈ ਸੋਚ ਹੁੰਦੇ ਨੇ ਨਾ। ਪਰ ਮੈਨੂੰ ਬਹੁਤ ਵਧੀਆ ਹਸਬੈਂਡ ਮਿਲਿਆ, ਲੱਗਦਾ ਕਿ ਹੁਣ ਨੌਂ ਆਪਣੀ ਇੱਜ਼ਤ ਆਪਣੇ ਕਰਦੀ, ਆਪਾਂ ਨਹੀਂ ਤਾਂ ਚੰਗੇ ਨਹੀਂ ਲੱਗਦੇ ਕਿ ਖੇਡਣ ਨਹੀਂ ਦੇਣਾ। ਫਿਰ ਉਹਨਾਂ ਮੈਂ ਦੱਸਿਆ ਇੱਦਾਂ ਕਿ ਮੈਂ ਬੜੇ ਜਾਣੇ ਦੀ ਵੀਡੀਓ ਦਿਖਾਈ ਕਿ ਜੋ ਵੀ ਅੱਜ ਕੱਲ੍ਹ ਖੇਡਦੀ ਆ। ਤੂੰ ਤਾਂ ਮੁੰਡਿਆਂ ਦੇ ਨਾਲ ਰਹਿੰਦੀ ਹੈ ਇੱਦਾਂ, ਮਤਲਬ ਕਿ ਮੈਨੂੰ ਫੁੱਟਬਾਲ ਦਾ ਸ਼ੌਂਕ ਆ ਬਹੁਤ, ਮਤਲਬ ਕਿ ਮੈਨੂੰ ਇਹਨਾਂ ਦੇ ਘਰ ਦੇ ਦੇਖਦੇ ਸੀਗੇ ਛੋਟੀ, ਮਤਲਬ ਕਿ ਮੈਨੂੰ ਸ਼ੋਰਟ ਕੱਪੜਿਆਂ ਪਾਉਣ ਦਾ ਬਹੁਤ ਸ਼ੌਂਕ ਸੀਗਾ। ਮੈਂ ਇੱਦਾਂ ਹੀ ਫੁੱਟਬਾਲ ਖੇਡਣਾ, ਇਹਨਾਂ ਦੀ ਮਾਸੀ ਜੀ ਨੇ ਮੈਨੂੰ ਦੇਖਿਆ, ਹੈ ਨਾ, ਕਿ ਇਹਨੂੰ ਤਾਂ ਪਹਿਲਾਂ ਵੀ ਅਸੀਂ ਦੇਖਿਆ ਕੁੜੀ ਚੰਗੀ ਨਹੀਂ ਹੈਗੀ, ਹੈ ਨਾ। ਇਹਨਾਂ ਮਤਲਬ ਕਿ ਨੋਰਮਲ ਦੋ ਗੁੱਤਾਂ ਕੀਤੀਆਂ ਸੀ, ਸਕੂਲ ਦੀ ਐਡਰੈਸ ਪਾਈ ਸੀ, ਬਟ ਨੋਰਮਲ ਤਰੀਕੇ ਨਾਲ ਸਕੂਲ ਜਾਂਦੇ ਨੇ। ਮੈਨੂੰ ਨਾ ਇਹਨਾਂ ਦੀ ਸਮਾਈਲ ਬਹੁਤ ਵਧੀਆ ਲੱਗੀ, ਮਤਲਬ ਕਿ ਹੱਸਦੇ ਬਹੁਤ ਵਧੀਆ ਸੀ, ਅਤੇ ਉਹੀ ਮੈਂ ਦੇਖ ਕੇ ਮੈਨੂੰ ਨਾ ਬਾਰ ਬਾਰ ਉਹੀ ਅੱਖਾਂ ਘੜੀ ਆਈ ਆ, ਮੈਂ ਪਤਾ ਕੀ ਹੋ ਗਿਆ, ਮੈਂ ਬਾਰ ਬਾਰ ਉਹੀ ਦੇਖ ਲਈ, ਮੈਂ ਕੰਮ ਤੋਂ ਛੁੱਟੀ ਕਰਕੇ ਆਇਆ। ਪਤਾ ਲੱਗਾ ਕਿ ਹਾਂ ਕਿ ਗੱਲ ਕਰ ਲਈ ਹੈ ਨਾ ਮੇਰੀ ਫਰੈਂਡ ਦੇ ਕਰਕੇ, ਜਿੱਦਾਂ ਉਹਨਾਂ ਨੂੰ ਮਾਣ ਰੱਖ ਲਿਆ। ਅਤੇ ਮੈਂ ਇਹਨਾਂ ਨੂੰ ਕਿਹਾ ਸੀ ਜਿੱਦਾਂ ਅੱਜ ਕੱਲ੍ਹ ਮੁੰਡੇ ਟਾਈਮ ਪਾਸ ਕਰਦੇ ਆ ਨਾ, ਮੈਂ ਡਰਦੀ ਸੀਗੀ ਕਿ ਅੱਜ ਕੱਲ੍ਹ ਮੁੰਡੇ ਨਾ ਵੈਸੇ ਕਰਦੇ ਆ ਨਾ, ਅਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰਾ ਟਾਈਮ ਪਾਸ ਨਾ ਕਰਿਓ। ਮੈਂ ਹਾਂ ਘਰ ਵਾਲੇ ਨੇ ਇਹ ਕਿਹਾ ਕਿ ਹਾਂ ਸਾਨੂੰ ਆ ਕੇ ਪਹਿਲਾਂ ਦੱਸਿਆ ਹੀ ਨਹੀਂ, ਕੋਈ ਕਦਮ ਨਹੀਂ ਚੱਕਿਆ ਬਾਹਰ, ਹੈ ਨਾ, ਸਾਨੂੰ ਆ ਕੇ ਦੱਸਿਆ। ਉਹਨਾਂ ਨੂੰ ਖੁਸ਼ੀ ਹੋਈ ਕਿ ਹਾਂ ਕਿ ਮੇਰੇ ਸਾਡੇ ਬੱਚਿਆਂ ਨੇ ਸਾਨੂੰ ਦੱਸ ਦਿੱਤਾ। ਕੋਈ ਵੀ ਨਹੀਂ, ਹੁਣ ਤਾਂ ਨਹੀਂ, ਜਵਾਈ ਸੰਗਾ ਮਿਲ ਗਿਆ ਉਹਨਾਂ ਨੂੰ। ਮੰਮਾ ਇੱਦਾਂ ਕਹਿੰਦੇ ਪਏ ਆ, ਫਿਰ ਇਹਨਾਂ ਘਰੇ ਗੱਲ ਕੀਤੀ ਕਿ ਉਹ ਇੱਦਾਂ ਮੈਨੂੰ ਕਹਿੰਦੇ ਆ, ਫਿਰ ਉਹ ਵੀ ਪਹਿਲਾਂ ਮੰਨਦੇ ਨਹੀਂ ਮਿਲ, ਫਿਰ ਉਹ ਵੀ ਦੋ ਕਿ ਦੋ ਤਿੰਨ ਦਿਨਾਂ ਬਾਅਦ ਉਹ ਵੀ ਕਹਿੰਦੇ ਚੱਲ ਇੱਕ ਨਾ ਮਿਲੇਗਾ। ਫਿਰ ਅਸੀਂ ਇਹਨਾਂ ਦੇ ਘਰੇ ਗਏ, ਫਿਰ ਇਹਨਾਂ ਨੇ ਆਪਸ ਵਿੱਚ ਗੱਲ ਕੀਤੀ ਪੈਰ 'ਚ, ਮੈਂ ਤਾਂ ਸੈਰ 'ਤੇ ਬੈਠੇ, ਮੈਂ ਗੱਲ ਗੁੱਲ ਕੀਤੀ, ਚਲੋ ਵੀ ਜੋ ਵੀ ਗੱਲਾਂ ਹੋਈਆਂ ਮੰਨ ਗਏ। ਆਕਾਸ਼, ਅੱਛਾ ਤੁਸੀਂ ਕੀ ਕਰਦੇ ਹੋ? ਮੈਂ ਜੌਬ ਹੀ ਕਰਦਾ। ਕਾਹਦੀ ਜੌਬ?
ਇਹ ਸੀ ਅਕਾਊਂਟ ਰਿਵੀਰ ਅਕਾਊਂਟ ਵਗੈਰਾ ਓਕੇ ਤੇ ਮੈਮ ਤੁਹਾਡਾ ਕੀ ਨਾਮ ਹੈ ਰੀਤ ਅੱਛਾ ਰੀਤ ਕੀ ਕਰਦੇ ਹੋ ਤੁਸੀਂ ਹਾਊਸ ਵਾਈਫ ਅੱਛਾ ਹਾਊਸ ਵਾਈਫ ਹੋ ਹਾਂਜੀ ਠੀਕ ਹੈ ਸੋਸ਼ਲ ਮੀਡੀਆ ਤੇ ਵੀ ਤੁਸੀਂ ਕਾਫੀ ਵਾਇਰਲ ਹੋ ਹਾਂਜੀ ਉਹ ਰੀਲ ਬਣਾਉਣ ਦਾ ਸ਼ੌਕ ਕਿਹਨਾਂ ਨੂੰ ਹੈ ਇਹਨਾਂ ਨੂੰ ਹੀ ਸੀ ਇਹਨਾਂ ਤੋਂ ਮੈਨੂੰ ਪੈ ਗਿਆ ਓਕੇ ਤੁਹਾਨੂੰ ਕਦੋਂ ਤੋਂ ਸ਼ੌਕ ਹੈ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਵਿਆਹ ਤੋਂ ਪਹਿਲਾਂ ਦਾ ਹੀ ਮਤਲਬ ਕਿ ਬਣਾਉਂਦੇ ਰਹਿੰਦੇ ਸੀਗੇ ਛੋਟੇ ਹੁੰਦੇ ਹੈ ਨਾ ਬਸ ਉੱਥੇ ਅੱਛਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ 7 ਮਹੀਨੇ ਹੋਏ 7 ਮਹੀਨੇ ਹੋਏ ਹਾਂਜੀ ਲਵ ਯਾ ਰੇਂਜ ਲਵ ਰੇਂਜ ਦੋਨੇ ਹੀ ਆ ਮਤਲਬ ਕਿ ਅੱਛਾ ਕੋਂਬੋ ਵਾਲਾ ਹੈ ਹਾਂਜੀ ਅੱਛਾ ਆਪਣੀ ਸਟੋਰੀ ਦੱਸੋ ਕਿ ਕਿਵੇਂ ਲਵ ਹੁੰਦਾ ਜਾਂ ਕਿਵੇਂ ਤੁਸੀਂ ਉਹਨੂੰ ਰੇਂਜ 'ਚ ਤਬਦੀਲ ਕਰਦੇ ਹੋ ਲਵ ਇਹ ਸਕੂਲ ਪੜ੍ਹਦੇ ਹੁੰਦੇ ਸੀ ਕਿਹੜੀ ਕਲਾਸ 'ਚ 10th ਜੀ 10th ਕਲਾਸ ਹਾਂਜੀ ਅਤੇ ਉਹ ਇੱਦਾਂ ਮੈਨੂੰ ਇੱਕ ਦੋ ਵਾਰੀ ਦੇਖਿਆ ਇੱਦਾਂ ਹੀ ਸਕੂਲੇ ਆਉਂਦੇ ਜਾਂਦਿਆਂ ਨੂੰ ਫਿਰ ਮੈਂ ਉੱਦਾਂ ਆਪਣੇ ਫਰੈਂਡ ਕੋਲ ਗੱਲ ਕੀਤੀ ਮੈਂ ਇਹ ਕੁੜੀ ਜਾਂਦੇ ਆ ਕਿ ਮੈਨੂੰ ਵਧੀਆ ਲੱਗਦੇ ਆ ਕਹਿੰਦਾ ਚਲੋ ਮੈਂ ਦੇਖਦਾ ਉਹਨੇ ਫਿਰ ਅੱਗੇ ਆਪਣੇ ਫਰੈਂਡ ਨੂੰ ਦੱਸਿਆ ਕਿ ਇਹ ਕੁੜੀ ਕੌਣ ਆ ਕਿੱਥੋਂ ਦੀ ਆ ਫਿਰ ਅੱਗੋਂ ਦੀ ਇੱਦਾਂ ਗੱਲ ਕੀਤੀ ਉਹਨਾਂ ਨੇ ਫਿਰ ਨਾਂ ਪਤਾ ਲੱਗਾ ਫਿਰ ਇਹਨਾਂ ਦੀ ਇਸ਼ਤਾ ਦੀ ਆਈ ਡੀ ਪਤਾ ਲੱਗੀ ਮੈਨੂੰ ਪਰ ਇਸ਼ਤਾ ਤਾਂ ਵੈਸੇ ਗੱਲ ਨਹੀਂ ਕੀਤੀ ਇਹ ਇੰਨਾ ਮਤਲਬ ਕਿ ਨੋਰਮਲ ਦੋ ਗੁੱਤਾਂ ਕੀਤੀਆਂ ਸੀ ਸਕੂਲ ਦੀ ਐਡਰੈਸ ਪਾਈ ਸੀ ਪਰ ਨੋਰਮਲ ਤਰੀਕੇ ਨਾਲ ਸਕੂਲ ਜਾਂਦੇ ਪਏ ਸੀ ਮੈਨੂੰ ਨਾ ਇਹਨਾਂ ਦੀ ਸਮਾਈਲ ਬਹੁਤ ਵਧੀਆ ਲੱਗੀ ਮਤਲਬ ਕਿ ਹੱਸਦੇ ਬਹੁਤ ਵਧੀਆ ਸੀ ਅਤੇ ਉਹੀ ਮੈਂ ਦੇਖ ਕੇ ਮੈਨੂੰ ਨਾ ਬਾਰ ਬਾਰ ਉਹੀ ਅੱਖਾਂ ਘੜੀ ਆਈ ਆ ਮੈਂ ਪਤਾ ਨਹੀਂ ਕੀ ਹੋ ਗਿਆ ਮੈਂ ਬਾਰ ਬਾਰ ਉਹੀ ਦੇਖ ਲਈ ਨਾ ਕੰਮ ਤੋਂ ਛੁੱਟੀ ਕਰਕੇ ਆ ਜਾਣਾ ਦੇਖਣ ਦੀ ਅਤੇ ਉਹੀ ਇੱਦਾਂ ਹੌਲੀ ਹੌਲੀ ਅੱਗੇ ਅੱਗੇ ਜਦੋਂ ਕਿ ਇਹਨਾਂ ਦੀ ਫਰੈਂਡ ਕੋਲ ਉਹ ਮੇਰੇ ਫਰੈਂਡ ਨੇ ਗੱਲ ਕੀਤੀ ਫਿਰ ਇਹਨਾਂ ਦੀ ਜ਼ਰੀਏ ਗੱਲ ਹੋਈ ਸਾਡੀ ਮੈਨੂੰ ਇੱਦਾਂ ਦੀ ਚੀਜ਼ਾਂ ਦਾ ਮਤਲਬ ਕਿ ਸ਼ੌਂਕ ਨਹੀਂ ਸੀ ਪਤਾ ਲੱਗਾ ਕਿ ਹਾਂ ਕਿ ਗੱਲ ਕਰ ਲਈ ਹੈ ਨਾ ਮੇਰੀ ਫਰੈਂਡ ਦੇ ਕਰਕੇ ਜਿੱਦਾਂ ਉਹਨਾਂ ਨੇ ਮਾਣ ਰੱਖ ਲਿਆ ਅਤੇ ਮੈਂ ਇਹਨਾਂ ਨੂੰ ਕਿਹਾ ਸੀ ਜਿੱਦਾਂ ਅੱਜ ਕੱਲ੍ਹ ਮੁੰਡੇ ਟਾਈਮ ਪਾਸ ਕਰਦੇ ਆ ਨਾ ਮੈਂ ਡਰਦੀ ਸੀਗੀ ਕਿ ਅੱਜ ਕੱਲ੍ਹ ਮੁੰਡੇ ਨਾ ਵੈਸੇ ਕਰਦੇ ਆ ਨਾ ਅਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਨਾਲ ਟਾਈਮ ਪਾਸ ਨਾ ਕਰਿਓ ਮੈਂ ਹਾਂ ਤਾਂ ਕਰਤੀ ਡਰਦੀ ਡਰਦੀ ਸੋਚ ਕੇ ਹਾਂ ਕਰ ਦਿੱਤੀ ਵੈਸੇ ਮੈਂ ਕਿਹਾ ਬਾਕੀ ਵੀ ਗੱਲਾਂ ਕਰਦੇ ਆ ਮੈਂ ਕਿਹਾ ਟਰਾਈ ਕਰੀਏ ਹਾਂਜੀ ਹਾਂਜੀ ਬਟ ਡਰ ਜਿਹਾ ਲੱਗਦਾ ਸੀਗਾ ਕਿ ਹਾਂ ਮੁੰਡੇ ਕਿੱਦਾਂ ਦੇ ਹੁੰਦੇ ਅੱਜ ਕੱਲ੍ਹ ਦੇ ਨਾ ਅਤੇ ਫਿਰ ਹਾਂ ਕਰਤੀ ਫਿਰ ਮੈਂ ਇਹਨਾਂ ਨੂੰ ਇੱਕ ਗੱਲ ਹੀ ਕਹੀ ਮੈਂ ਕਿਹਾ ਮੇਰੇ ਟਾਈਮ ਪਾਸ ਨਾ ਕਦੀ ਕਰਿਓ ਫਿਰ ਹੌਲੀ ਹੌਲੀ ਗੱਲ ਕੀਤੀ ਨਹੀਂ ਮੈਂ ਪਹਿਲਾਂ ਤਾਂ ਸੋਚਿਆ ਨਹੀਂ ਕਿ ਹਾਂ ਕਰੂਗੇ ਜਦੋਂ ਮੈਨੂੰ ਉਹਨੇ ਦੱਸਿਆ ਕਿ ਉਹ ਕਹਿੰਦੇ ਚਲੋ ਪਹਿਲਾਂ ਮੈਂ ਦੇਖੂੰਗੀ ਪਹਿਲਾਂ ਮੈਂ ਇੱਕ ਗੱਲ ਕਰਨੀ ਕਹਿੰਦੀ ਉਹਨਾਂ ਨਾਲ ਕਿ ਫਿਰ ਮੈਂ ਦੱਸੂੰਗੀ ਉਹਨਾਂ ਨੂੰ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਿ ਬੁਲਾਇਆ ਅਤੇ ਅਸੀਂ ਦੋਨੋਂ ਆਹਮੋ ਸਾਹਮਣੇ ਖੜ੍ਹੇ ਸੀ ਫਿਰ ਇਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਮੇਰੇ ਨਾਲ ਟਾਈਮ ਪਾਸ ਨਾ ਕਰਿਓ ਹਾਂ ਮੈਂ ਇੱਕੋ ਗੱਲ ਕਹੀ ਕਿ ਨਹੀਂ ਮੈਂ ਟਾਈਮ ਪਾਸ ਨੂੰ ਨਹੀਂ ਕਰਨਾ ਤੁਹਾਡੇ ਨਾਲ ਕਿ ਗੱਲ ਕਰਨੀ ਆ ਤਾਂ ਧੁਰ ਤੱਕ ਲੈ ਕੇ ਜਾਊਂਗਾ ਫਿਰ ਉਹ ਤੋਂ ਗੱਲ ਸਟਾਰਟ ਹੋਈ ਹੌਲੀ ਹੌਲੀ ਨੰਬਰ ਫੋਨ ਕਾਲ ਕਰਦੇ ਰਹੇ ਹੌਲੀ ਹੌਲੀ ਗੱਲ ਸਟਾਰਟ ਰਹੀ ਇੱਕ ਦੂਜੇ ਦਾ ਇੰਟਰਸਟ ਵਧਿਆ ਅੱਗੇ ਤੱਕ ਲੈ ਕੇ ਗਏ ਗੱਲ ਹੌਲੀ ਹੌਲੀ ਵੱਧਦੀ ਗਈ ਮੈਂ ਦੱਸ ਦਿੱਤਾ ਸੀ ਅੱਜ ਤੱਕ ਘਰਦਿਆਂ ਨੂੰ ਕੋਈ ਗੱਲ ਕੋਈ ਨਹੀਂ ਸੀ ਬਹੁਤ ਲੇਟ ਦੱਸਿਆ ਮੈਂ ਤਾਂ 3-4 ਮਹੀਨੇ ਬਾਅਦ 5-6 ਮੇਰੇ ਲਈ ਲੇਟ ਹੀ ਆ ਕਿਉਂਕਿ ਨਾ ਹੁਣ ਇੰਨਾ ਹੁੰਦਾ ਨਹੀਂ ਨਾ ਕਿ ਬੰਦੇ ਨੂੰ ਬਾਹਰੋਂ ਪਤਾ ਲੱਗੇ ਆਪਾਂ ਡਰ ਜਾਂਦੇ ਨਾ ਕਿ ਘਰਦਿਆਂ ਨੂੰ ਬਾਹਰੋਂ ਪਤਾ ਲੱਗੂਗਾ ਕਿੱਦਾਂ ਦਾ ਲੱਗੂਗਾ ਆਪ ਦੱਸ ਦਈਏ ਮੈਂ ਫਿਰ ਆਪਣੇ ਆਪ ਦੱਸ ਦਿੱਤਾ ਮੈਂ ਕਿ ਇੱਦਾਂ ਇੱਦਾਂ ਮੁੰਡਾ ਹੈ ਨਾ ਉਹਨਾਂ ਨਾਲ ਮੈਂ ਗੱਲ ਕਰਦੀ ਹਾਂ ਮੰਮਾ ਨੂੰ ਦੱਸਿਆ ਪਹਿਲਾਂ ਮੇਰੀ ਸਿਸਟਰ ਨੇ
ਉਹਨਾਂ ਨੂੰ ਦੱਸਿਆ ਸੀਗਾ ਬੈਸਟ ਫਰੈਂਡ ਵੱਡੇ ਆ, ਉਹਨਾਂ ਨੇ ਮੰਮਾ ਦਾ ਦਰਜਾ ਵੀ ਦਿੰਦੀ ਆ, ਮਤਲਬ ਕਿ ਬੈਸਟ ਫਰੈਂਡ ਵੀ ਜੋ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਸੀ, ਫਿਰ ਮੰਮਾ ਨੇ ਉਹਨਾਂ ਨੇ ਗੱਲ ਕੀਤੀ, ਫਿਰ ਇੱਦਾਂ ਹੌਲੀ ਹੌਲੀ ਮੰਮਾ ਨੇ ਪੁੱਛਿਆ ਕਿ ਇੱਦਾਂ ਦੀ ਨਹੀਂ ਸੀ ਤੂੰ, ਹਾਂ ਦੋ ਕੁ ਦਿਨ ਮਤਲਬ ਕਿ ਕਾਫੀ ਦਿਨ ਗੁੱਸਾ ਰਹੇ, ਫਿਰ ਹੌਲੀ ਹੌਲੀ ਸਮਝਿਆ ਮੈਂ ਕਿ ਮੰਮਾ ਚੰਗਾ ਮੁੰਡਾ ਹੈ ਨਾ, ਕਹਿੰਦੀ ਪਰ ਤੂੰ ਇੱਦਾਂ ਦਾ ਕੰਮ ਨਹੀਂ ਕਰ ਸਕਦੀ, ਯਕੀਨ ਨਹੀਂ ਹੁੰਦਾ ਨਾ ਕਿ ਮੇਰੇ ਪੇਰੈਂਟਸ ਨੂੰ ਬੱਚਾ ਇੱਦਾਂ ਦਾ ਸੀ ਸਾਡਾ ਨਾ ਕਿੱਦਾਂ ਹੋ ਜਾਂਦਾ, ਫਿਰ ਮੈਂ ਕਿਹਾ ਮੰਮਾ ਹੋ ਹੀ ਗਈ, ਮੈਂ ਕਰਦੀ ਹਾਂ ਪਸੰਦ ਹੈ ਨਾ ਮੁੰਡੇ ਨੂੰ, ਗੱਲ ਕਰਦੀ ਹਾਂ ਤੁਹਾਨੂੰ ਸੱਚ ਦੱਸਿਆ ਪਹਿਲਾਂ, ਵੀ ਮੰਮਾ ਇਹ ਗੱਲੋਂ ਵੀ ਖੁਸ਼ ਸੀ ਕਿ ਮੇਰੀ ਕੁੜੀ ਨੇ ਆਪ ਮੈਨੂੰ ਆ ਕੇ ਦੱਸਿਆ ਨਾ ਬੱਚੇ ਨੇ, ਅਤੇ ਬਾਹਰੋਂ ਪਤਾ ਲੱਗਦਾ ਫਿਰ ਦੁੱਖ ਜਿਹਾ ਹੁੰਦਾ ਨਾ, ਪੂਰੇ ਪਰਿਵਾਰ ਨੇ ਇਹ ਕਿਹਾ ਕਿ ਹਾਂ ਸਾਨੂੰ ਆ ਕੇ ਪਹਿਲਾਂ ਦੱਸਿਆ ਇਹਨੇ, ਕੋਈ ਕਦਮ ਨਹੀਂ ਚੱਕਿਆ ਬਾਹਰ ਹੈ ਨਾ, ਸਾਨੂੰ ਆ ਕੇ ਦੱਸਿਆ, ਉਹਨਾਂ ਨੂੰ ਖੁਸ਼ੀ ਹੋਈ ਕਿ ਹਾਂ ਕਿ ਮੇਰੇ ਸਾਡੇ ਬੱਚੇ ਨੇ ਸਾਨੂੰ ਦੱਸ ਦਿੱਤਾ, ਕੋਈ ਵੀ ਨਹੀਂ ਹੁਣ ਤਾਂ ਨਹੀਂ, ਜਵਾਈ ਚੰਗਾ ਮਿਲ ਗਿਆ ਉਹਨਾਂ ਨੂੰ ਕਹਿ ਰਹੀ। ਨਹੀਂ ਮੈਂ ਗੱਲ ਨਹੀਂ ਕੀਤੀ, ਮੇਰੇ ਘਰੇ ਪਤਾ ਲੱਗ ਗਿਆ ਸੀ, ਮੈਂ ਇੱਦਾਂ ਹੀ ਇਹਨਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਦਾ ਪਿਆ ਸੀ, ਅਤੇ ਇੱਦਾਂ ਮੇਰੇ ਮੰਮਾ ਨੇ ਦੇਖ ਲਿਆ ਸੀ, ਅਤੇ ਉਹਨਾਂ ਨੇ ਇਹਦੇ ਬਾਅਦ ਪਹਿਲਾਂ ਦੋ ਥੱਪੜ ਮਾਰੇ ਮੇਰੇ ਕਿ ਇਹ ਤੂੰ ਇਹ, ਹਾਂਜੀ ਮੇਰੇ ਪੈ ਗਏ, ਕਹਿੰਦੀ ਇਹ ਕੀ ਤੂੰ ਕਰਦਾ ਰਿਹਾ ਕਰਦਾ ਪਿਆ ਵਾਂ, ਕਿ ਤੂੰ ਤਾਂ ਇੱਦਾਂ ਦਾ ਹੈ ਨਹੀਂ, ਕਦੀ ਕਿਸੇ ਨੂੰ ਗੱਲ ਨਹੀਂ ਕੀਤੀ ਕੰਮ ਤੋਂ, ਘਰੇ ਕੰਮ ਤੋਂ ਸਿੱਧਾ, ਇਹ ਕੀ ਕਰਦਾ ਪਿਆ ਵਾਂ, ਪਹਿਲਾਂ ਤਾਂ ਮਤਲਬ ਕਿ ਮੈਂ ਕੁਝ ਦੱਸਿਆ ਨਹੀਂ, ਮੈਂ ਘਰੋਂ ਚੱਲ ਗਿਆ ਬਾਹਰ, ਗੁੱਸੇ ਜਿਹੇ ਮਰ ਬੋਲਿਆ ਨਹੀਂ ਗਿਆ ਮੇਰੇ ਤੋਂ ਕੁਝ, ਮੈਂ ਘਰੋਂ ਆ ਗਿਆ, ਫਿਰ ਉਦੋਂ ਦੋ ਕੁ ਦਿਨ ਪਏ, ਮੰਮੀ ਨਾਰਾਜ਼ ਰਹੀ, ਮੈਂ ਆਪੇ ਕੋਲ ਗਿਆ, ਮੈਂ ਇੱਦਾਂ ਦੱਸਿਆ ਕਿ ਮੰਮੀ ਮੇਰੀ ਇੰਨੇ ਚਿਰ ਤੋਂ ਗੱਲ ਆ, ਮੈਂ ਇੱਦਾਂ ਗੱਲ ਕਰਦਾ ਕਿ ਮੈਂ ਪਿਆਰ ਕਰਦਾ ਉਹਨਾਂ ਨਾਲ, ਕਿ ਫਿਰ ਉਹਨੇ ਹੌਲੀ ਹੌਲੀ ਪੁੱਛਿਆ ਕਿ ਉਹ ਕੌਣ ਆ, ਕਿੱਥੋਂ ਦੀ ਆ, ਕੀ ਘਰ ਬਾਰ ਕਿੱਦਾਂ ਦਾ, ਕੀ ਕਰਦੇ ਹੋ, ਫਿਰ ਮੈਂ ਹੌਲੀ ਹੌਲੀ ਦੱਸਿਆ, ਕਹਿੰਦੇ ਉਹਦੇ ਘਰ ਦੇ ਮੰਨ ਜੂਗੇ, ਮੈਂ ਪਤਾ ਨਹੀਂ ਹਾਲੇ ਮੰਮੀ, ਕੋਈ ਪਤਾ ਨਹੀਂ ਹਾਲੇ, ਕੋਈ ਗੱਲ ਨਹੀਂ ਹੋਈ, ਕਹਿੰਦੇ ਜੇ ਤਾਂ ਪੂਰੇ ਸਹਿਮਤੀ ਨਾਲ ਵਿਆਹ ਹੋਊਗਾ ਤਾਂ ਅਸੀਂ ਤਿਆਰ ਹਾਂ, ਜੇ ਤੁਸੀਂ ਇੱਦਾਂ ਦਾ ਕੋਈ ਕਦਮ ਚੱਕਣਾ ਅਸੀਂ ਤੁਹਾਡੇ ਨਾਲ ਨਹੀਂ, ਫਿਰ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਤੂੰ ਆਪਣੇ ਘਰਦਿਆਂ ਦੀ ਮਰ ਮਨਾ ਉਹਨਾਂ ਨੂੰ, ਫਿਰ ਹੀ ਆਪਣਾ ਵਿਆਹ ਹੋਊਗਾ, ਨਹੀਂ ਤਾਂ ਘਰਦੇ ਬਹੁਤ ਔਖਾ। ਮੇਰੇ ਤਾਂ ਮਤਲਬ ਕਿ ਕਾਫੀ ਟੈਂਥ ਵਿੱਚ ਹੀ ਮਤਲਬ ਕਿ ਮੰਨ ਕੇ ਪੜ੍ਹਦੀ ਹੈ ਨਾ, ਉਹਦੇ ਵਿੱਚ ਹੀ ਮੰਨ, ਹਾਂਜੀ ਮੇਰੇ ਹੁਣ ਪੇਪਰ ਹੋਏ ਆ, ਹਾਂਜੀ ਹਾਂਜੀ ਛੇੜਦੇ ਸੀਗੇ ਕਿ ਕਾਲੀ ਪਈ ਤੈਨੂੰ ਹੈ ਨਾ, ਤੂੰ ਤਾਂ ਮੁੰਡਿਆਂ ਦੇ ਨਾਲ ਰਹਿੰਦੀ ਹੈ ਇੱਦਾਂ, ਮਤਲਬ ਕਿ ਮੈਨੂੰ ਫੁੱਟਬਾਲ ਦਾ ਸ਼ੌਂਕ ਆ ਬਹੁਤ, ਮਤਲਬ ਕਿ ਮੈਨੂੰ ਇਹਨਾਂ ਦੇ ਘਰ ਦੇ ਦੇਖਦੇ ਸੀਗੇ ਛੋਟੀ, ਮਤਲਬ ਕਿ ਮੈਨੂੰ ਸ਼ੋਰਟ ਕੱਪੜਿਆਂ ਪਾਉਣ ਦਾ ਬਹੁਤ ਸ਼ੌਂਕ ਸੀਗਾ, ਮੈਂ ਇੱਦਾਂ ਹੀ ਫੁੱਟਬਾਲ ਖੇਡਣਾ, ਇਹਨਾਂ ਦੀ ਮਾਸੀ ਜੀ ਨੇ ਮੈਨੂੰ ਦੇਖਿਆ ਹੈ ਨਾ ਕਿ ਰੀਤ ਇਹਨੂੰ ਤਾਂ ਪਹਿਲਾਂ ਵੀ ਅਸੀਂ ਦੇਖਿਆ ਕੁੜੀ ਚੰਗੀ ਨਹੀਂ ਹੈਗੀ ਹੈ ਨਾ, ਇਹ ਛੋਟੇ ਕੱਪੜੇ ਪਾਉਂਦੀ ਆ, ਮੁੰਡਿਆਂ ਨਾਲ ਘੁੰਮਦੀ ਰਹਿੰਦੀ ਆ ਨਿੱਕੇ ਨਿੱਕਿਆਂ ਨਾਲ ਹੈ ਨਾ, ਹੁਣ ਤੁਹਾਨੂੰ ਪਤਾ ਬੱਚਿਆਂ ਦਾ ਆਪਣਾ ਆਪਣਾ ਸ਼ੌਂਕ ਹੁੰਦਾ, ਇੱਕ ਮੇਰਾ ਸ਼ੌਂਕ ਲੱਗ ਗਈ ਸੀਗਾ ਕਿ ਮੈਂ ਮੁੰਡਿਆਂ ਵਾਂਗ ਬਣ ਕੇ ਰਹਾਂ, ਲੱਗ ਗਈ ਡ੍ਰੀਮ, ਹਾਂਜੀ ਮਤਲਬ ਕਿ ਉਹਨਾਂ ਦੇ ਨਾਲ ਰਹਿਣਾ ਮੈਨੂੰ ਪਸੰਦ ਸੀ, ਜਿੱਦਾਂ ਉਹ ਕਰਦੇ ਆ ਉਹ ਮੁੰਡਿਆਂ ਵਾਂਗੂ, ਜਿੱਦਾਂ ਕੱਪੜੇ ਪਾਉਣਾ ਹੈ ਨਾ ਟੋਰ ਟੂਰ ਮੁੰਡਿਆਂ ਵਾਂਗੂ ਕੱਢ ਕੇ, ਸ਼ੁਰੂ ਤੋਂ ਮੈਨੂੰ ਲਾਡਲੀ ਘਰ 'ਚ ਸੀਗੀ, ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ, ਜਿੱਦਾਂ ਮੈਂ ਰਹਿਣ ਸਹਿਣਾ ਮੈਨੂੰ ਉੱਦਾਂ ਹੀ ਰੱਖਿਆ ਉਹਨਾਂ ਨੇ।
ਤੇ ਤੁਹਾਡਾ ਉਸ ਟਾਈਮ ਤੇ ਕੀ ਸੀਗਾ ਕਿ ਯਾਰ ਇਦਾਂ ਕਹਿ ਗਏ ਸ਼ਾਇਦ ਸੱਚੀ ਨਹੀਂ ਚੰਗੀ ਹੋ ਗਈ ਉਹ ਕਿਹੜਾ ਮੇਰੇ ਵਾਸਤੇ ਪੂਰਾ ਸੋਚਣ ਨਹੀਂ ਮੈਂ ਤਾਂ ਦੇਖਿਆ ਸੀ ਇਹਨਾਂ ਨੂੰ ਚਲੋ ਖੇਡਦੇ ਸੀ ਇੱਦਾਂ ਕਰਦੇ ਸੀ ਪਰ ਮੇਰੇ ਘਰਦਿਆਂ ਨੇ ਜਦੋਂ ਦੇਖਿਆ ਨਾ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਨਹੀਂ ਜਵਾਬ ਦਿੱਤਾ ਕਹਿੰਦੇ ਨਹੀਂ ਕਰਨਾ ਨਹੀਂ ਅਸੀਂ ਬਹੁਤ ਜ਼ਿਆਦਾ ਰੀਜ਼ਨ ਇਹ ਕਿ ਸ਼ੋਰਟ ਕੱਪੜੇ ਪਾ ਕੇ ਕਿ ਘੁੰਮਦੀ ਰਹਿੰਦੀ ਆ ਕਦੀ ਉਹ ਗਲੀਆਂ 'ਚ ਕਿ ਫੁੱਟਬਾਲ ਖੇਡਦੀ ਆ ਕਿ ਇੱਦਾਂ ਮੁੰਡਿਆਂ ਨਾਲ ਖੇਡਦੀ ਵਗੈਰਾ ਕਿ ਨਹੀਂ ਚੰਗਾ ਲੱਗਦਾ ਕਿ ਉਹ ਤਾਂ ਮਤਲਬ ਜਵਾਬ ਦਿੱਤਾ ਉਹਨਾਂ ਨੇ ਕਿ ਨਹੀਂ ਕਰਨਾ ਫਿਰ ਇੱਦਾਂ 2 ਕੁ ਮਹੀਨੇ ਉਹਨਾਂ ਨੇ ਬੁਲਾਇਆ ਬੁਲਾਇਆ ਨਹੀਂ ਮੈਨੂੰ ਮੈਂ ਤਾਰਾ ਇੱਕੋ ਹੀ ਕਿਹਾ ਮੈਂ ਤਾਂ ਮੈਂ ਕਰਨੀ ਗੱਲ ਤਾਂ ਮਤਲਬ ਕਿ ਵਿਆਹ ਕਰਾਉਣਾ ਤਾਂ ਉਹਨਾਂ ਨੇ ਕਰਾਉਣਾ ਬਸ ਚੁਣੌਤੀਆਂ ਉਹਨਾਂ ਨੇ ਬੁਲਾਇਆ ਨਹੀਂ 2 ਕੁ ਮਹੀਨੇ ਪਰ ਆ ਕਿ ਮੈਂ ਵੀ ਚੁੱਪ ਰਹਿਣ ਲੱਗ ਪਿਆ ਮੈਂ ਸਿੱਧਾ ਕੰਮ ਤੋਂ ਜਾਣਾ ਘਰੇ ਅੰਦਰ ਵੜ ਜਾਣਾ ਰੂਮ 'ਚ ਵੜ ਜਾਣਾ ਜਾ ਕੇ ਕੋਈ ਗੱਲ ਨਹੀਂ ਕਰਨੀ ਰੋਟੀ ਵੀ ਘੱਟ ਵਗੈਰਾ ਖਾਣੀ ਮਤਲਬ ਕਿ ਮੂਡ ਸੈਡ ਜਿਹਾ ਰਹਿਣਾ ਫਿਰ ਮੰਮੀ ਨੇ ਆਪੇ ਆਈ ਮੇਰੇ ਕੋਲ ਕਹਿੰਦੀ ਪਹਿਲਾਂ ਉਹਨਾਂ ਨਾਲ ਮਿਲਾਂਗੇ ਕਹਿੰਦੀ ਕੁੜੀ ਨੂੰ ਮਿਲੂੰਗੀ ਉਹਦੀ ਫੈਮਿਲੀ ਨੂੰ ਮਿਲੂੰਗੀ ਫਿਰ ਮੈਂ ਦੱਸੂੰਗੀ ਕੋਈ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਮੰਮਾ ਇੱਦਾਂ ਕਹਿੰਦੇ ਪਏ ਆ ਫਿਰ ਇਹਨਾਂ ਘਰ ਗੱਲ ਕੀਤੀ ਕਿ ਉਹ ਇੱਦਾਂ ਮਿਲ ਨੂੰ ਕਹਿੰਦੇ ਆ ਫਿਰ ਉਹ ਵੀ ਪਹਿਲਾਂ ਮੰਨਦੇ ਨਹੀਂ ਮਿਲ ਨੂੰ ਫਿਰ ਉਹ ਵੀ 2-3 ਦਿਨਾਂ ਬਾਅਦ ਉਹ ਵੀ ਕਹਿੰਦੇ ਚੱਲ ਇੱਕ ਨਾ ਮਿਲੇ ਨੇ ਫਿਰ ਅਸੀਂ ਇਹਨਾਂ ਦੇ ਘਰ ਗਏ ਫਿਰ ਇਹਨਾਂ ਦੇ ਆਪਸ ਵਿੱਚ ਗੱਲ ਕੀਤੀ ਪੇਰੈਂਟਸ ਨੇ ਮੈਂ ਤਾਂ ਸਾਈਡ 'ਤੇ ਬੈਠਿਆ ਸੀ ਉਹਨਾਂ ਗੱਲ ਗੁੱਲ ਕੀਤੀ ਚਲੋ ਵੀ ਜੋ ਵੀ ਗੱਲਾਂ ਹੋਈਆਂ ਮੰਨ ਗਏ ਫਿਰ ਹਾਂਜੀ ਇਹਨਾਂ ਨੂੰ ਮੈਂ ਕਿਹਾ ਤਾਂ ਸੀਗਾ ਮੈਨੂੰ ਫੁੱਟਬਾਲ ਦਾ ਸ਼ੌਂਕ ਆ ਅਕੈਡਮੀ ਜੁਆਇਨ ਕਰਾ ਦਿਉ ਮੇਰੀ ਹੈ ਨਾ ਪਰ ਮੰਨੇ ਨਹੀਂ ਕਹਿੰਦੇ ਹਲੇ ਚੰਗਾ ਨਹੀਂ ਲੱਗਦਾ ਮੇਰੀ ਸੱਸ ਮਾਂ ਕਹਿੰਦੇ ਹੁਣ ਵਿਆਹੀ ਗਈਆਂ ਇੱਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਲੋਕ ਕੀ ਕਹਿਣਗੇ ਮੈਂ ਕਿਹਾ ਲੋਕ ਤਾਂ ਬਹੁਤ ਕੁਛ ਕਹਿੰਦੇ ਆ ਨਾ ਲੋਕਾਂ ਦੇ ਪਿੱਛੇ ਲੱਗਾਂਗੇ ਤਾਂ ਫਿਰ ਕੁਛ ਨਹੀਂ ਹੋ ਸਕਦਾ ਮੇਰਾ ਸ਼ੌਂਕ ਆ ਮੈਂ ਟਰੋਫੀ ਜਿੱਤਾ ਨਾ ਇੰਟਰਨੈਸ਼ਨਲ ਗੇਮ ਖੇਡਾਂ ਬੰਦੇ ਦਾ ਆਪਣਾ ਆਪਣਾ ਹੁੰਦਾ ਕਿ ਮੈਂ ਕਿਤੇ ਜਾਊਂ ਹੈ ਨਾ ਮੇਰਾ ਇਹ ਚਾਅ ਦੂਰਾ ਰਹਿ ਗਿਆ ਵਾ ਬਾਕੀ ਤਾਂ ਸਭ ਕੁਛ ਮੈਨੂੰ ਦਿੰਦੇ ਜੋ ਚੀਜ਼ ਮੰਗਦੀ ਆ ਮਿਲਦੀ ਆ ਖੁਸ਼ ਵੀ ਰੱਖਦੇ ਨੇ ਵਿਆਹ ਤੋਂ ਬਾਅਦ ਬੰਦਾ ਕਹਿੰਦਾ ਨਾ ਕਿ ਖੁਸ਼ ਨਹੀਂ ਰਹਾਂਗੇ ਆਪਾਂ ਕੋਈ ਸੋਚ ਹੁੰਦੇ ਨੇ ਨਾ ਪਰ ਮੈਨੂੰ ਬਹੁਤ ਵਧੀਆ ਹਸਬੈਂਡ ਮਿਲਿਆ ਕਈ ਵਾਰ ਮੈਂ ਜਦੋਂ ਕਿਤੇ ਜਾਣੀ ਆ ਨਾ ਜਦੋਂ ਮੈਂ ਦੇਖ ਲੈਂਦੀ ਕਿਸੇ ਨੂੰ ਖੇਡਦਾ ਮੈਨੂੰ ਹੁੰਦਾ ਹਰਟ ਮੈਨੂੰ ਤਕਲੀਫ ਹੁੰਦੀ ਆ ਪਰ ਮੈਂ ਕਿਹਾ ਕੋਈ ਨਾ ਕਈ ਵਾਰ ਸੈਕਰੀਫਾਈਸ ਕਰਨਾ ਪੈਂਦਾ ਹਾਂਜੀ ਇਹ ਚੀਜ਼ਾਂ ਮੇਰੀਆਂ ਕਾਫੀ ਚੇਂਜ ਹੋ ਗਈਆਂ ਨੇ ਕਿ ਮੈਂ ਸ਼ੋਰਟ ਕੱਪੜੇ ਪਾਣੀ ਛੱਡ ਦਿੱਤੇ ਨੇ ਕਈ ਵਾਰ ਮੈਂ ਦੇਖ ਲੈਂਦੀ ਹਾਂ ਮੇਰਾ ਹੋਲ ਪੈਣ ਲੱਗ ਜਾਂਦਾ ਮੈਂ ਵੀ ਇੱਦਾਂ ਦੀ ਸੀਗੀ ਹੈ ਨਾ ਪਰ ਹੁਣ ਮੈਂ ਬਹੁਤ ਕਾਫੀ ਚੇਂਜ ਹੋ ਗਈ ਹਾਂ ਮੈਂ ਬਹੁਤ ਜ਼ਿਆਦਾ ਮਤਲਬ ਕਿ ਮੇਰਾ ਰੰਗ ਵੀ ਬਹੁਤ ਸਾਵਲਾ ਅਤੇ ਜ਼ਿਆਦਾ ਹੀ ਸੀਗਾ ਕੁਛ ਮੈਂ ਘਰੇ ਵਿਆਹ ਤੋਂ ਬਾਅਦ ਹੁਣ ਮਾੜਾ ਮੋਟਾ ਸਹੀ ਹੋਈ ਹਾਂ ਨਹੀਂ ਤਾਂ ਬਹੁਤ ਜ਼ਿਆਦਾ ਫਿਰਦੀ ਸੀ ਗਲੀਆਂ ਦੇ ਵਿੱਚ ਘੁੰਮਣਾ ਕਦੀ ਰੋਕ ਟੋਕ ਨਹੀਂ ਕੀਤੀ ਪੇਰੈਂਟਸ ਨੇ ਜੋ ਕਰਨਾ ਆਪਣੀ ਮਰਜ਼ੀ ਨਾਲ ਕਿਹਾ ਸੀ ਉਹਨਾਂ ਨੂੰ ਮਤਲਬ ਕਿ ਉਹਨਾਂ ਨੇ ਕਿਹਾ ਉਹਨਾਂ ਦੀ 12ਵੀਂ ਕੰਪਲੀਟ ਹੋ ਜੇ ਕਿ ਪਲੱਸ ਟੂ ਕਰ ਲਏ ਫਿਰ ਉਸ ਤੋਂ ਬਾਅਦ ਇਹ ਖੇਡ ਲਏ ਪਹਿਲਾਂ ਆਪਣਾ ਮਨ ਲਾ ਕੇ ਪੜ੍ਹੇ ਕੰਪਲੀਟ ਕਰੇ ਪਾਸ ਹੋ ਜੇ ਫਿਰ ਇਹ ਖੇਡ ਸਕਦੇ ਕੋਈ ਰੋਕ ਨਹੀਂ ਫਿਰ ਖੇਡੇ ਹਾਂਜੀ ਕਰਦੇ ਪਹਿਲਾਂ ਤਾਂ ਮੰਨਦੇ ਨਹੀਂ ਕਹਿੰਦੇ ਨਹੀਂ ਚੰਗਾ ਨਹੀਂ ਲੱਗਦਾ ਕਿ ਹੁਣ ਨੌਂ ਆਪਣੀ ਇੱਜ਼ਤ ਆਪਣੀ ਕਰਦੀ ਆਪਾਂ ਨਹੀਂ ਇੱਦਾਂ ਚੰਗੇ ਨਹੀਂ ਲੱਗਦਾ ਕਿ ਖੇਡਣ ਨਹੀਂ ਦੇਣਾ ਫਿਰ ਉਹਨਾਂ ਨੂੰ ਮੈਂ ਦੱਸਿਆ ਇੱਦਾਂ ਕਿ ਮੈਂ ਬੜੇ ਜਾਣੇ ਦੀ ਵੀਡੀਓ ਦਿਖਾਈਆਂ ਕਿ ਜੋ ਵੀ ਅੱਜ ਕੱਲ੍ਹ ਖੇਡਦੀਆਂ ਮੈਂ ਬਹੁਤ ਮਤ ਕਿ ਬਹੁਤ ਵਧੀਆ ਖੇਡਦੇ ਆ ਲੋਕ
ਫਿਰ ਮੈਂ ਦਿਖਾਇਆ, ਫਿਰ ਹੌਲੀ ਹੌਲੀ ਕਹਿੰਦੀ ਪਹਿਲਾਂ ਪੜ੍ਹਾਈ ਕੰਪਲੀਟ ਕਰੇ, ਫਿਰ ਜੇ ਆਪਣਾ ਸ਼ੌਂਕ ਪੂਰਾ ਕਰਨਾ ਤਾਂ ਉਹ ਵੀ ਕਰੇ। ਹਾਂਜੀ, ਉਹਨਾਂ ਨੂੰ ਦੁੱਖ ਲੱਗਦਾ ਵਾ ਕਈ ਵਾਰ ਕਿ ਸਾਡਾ ਬੱਚਾ ਕੀ ਕਰਨਾ ਚਾਹੁੰਦਾ ਸੀ ਨਾ, ਇਹਨਾਂ ਨੇ ਕੀ ਕਰ ਲਿਆ। ਗਲਤੀ ਆਪਣੀ ਹੁੰਦੀ ਆ, ਫਿਰ ਪੇਰੈਂਟਸ ਨੂੰ ਵੀ ਕਹਿ ਸਕਦੇ ਆਪਾਂ ਕੁਛ, ਹੈ ਨਾ, ਕਿ ਮੈਨੂੰ ਇਹ ਨਹੀਂ ਕਰਨ ਨੂੰ ਮਿਲਦਾ, ਇਹ ਨਹੀਂ ਕਰਨ ਨੂੰ ਮਿਲਦਾ, ਹੈ ਨਾ। ਬਸ ਹੁਣ ਇਹ ਆ ਕਿ ਜੋ ਵੀ ਆ ਬਸ ਇਹਨਾਂ ਦੇ ਮੰਨਣੀ ਆ ਨਾ, ਜੋ ਵੀ ਕਹਿਣਗੇ। ਨਹੀਂ, ਸਾਡੇ 'ਚ ਲੜਾਈ ਨਹੀਂ ਹੁੰਦੀ ਅਸੀਂ ਨਾ, ਬਸ ਸਾਨੂੰ ਨਜ਼ਰ ਬਹੁਤ ਛੇਤੀ ਲੱਗਦੀ ਇੱਕ ਤਾਂ, ਅਸੀਂ ਬਸ ਲੜਦੇ ਰਹਿੰਦੇ ਹਾਂ ਜਾਣ ਕੇ ਸਾਰਿਆਂ ਸਾਹਮਣੇ, ਹੈ ਨਾ, ਕਿ ਅਸੀਂ ਫਾਈਟਿੰਗ ਕਰਦੇ ਰਹਿੰਦੇ ਹਾਂ। ਹਾਂਜੀ, ਬਹੁਤ ਜਲਦੀ ਸਾਡੀ ਲੜਾਈ ਹੁੰਦੀ ਰਹਿੰਦੀ ਹੈ ਜਦੋਂ ਸਾਨੂੰ ਕੋਈ ਟੋਕਦੇ ਨਾ, ਤੁਸੀਂ ਇੰਨਾ ਖੁਸ਼ ਕਿਉਂ ਰਹਿੰਦੇ ਹੋ, ਬਹੁਤ ਮਤਲਬ ਕਿ ਕਹਿੰਦੇ ਆ ਕਿ ਨਹੀਂ। ਅੱਜ ਤੱਕ ਤਾਂ ਨਹੀਂ, ਮੇਰੀ ਮਾਸੀ ਸੱਸ ਵੀ ਬਹੁਤ ਚੰਗਾ ਮੇਰਾ ਬਹੁਤ ਕਰਦੇ ਆ, ਉਹੀ ਨੇ ਇੱਥੇ ਮਤਲਬ ਕਿ ਰਿਸ਼ਤੇਦਾਰ ਇਹਨਾਂ ਦੇ ਜ਼ਿਆਦਾ ਕਲੋਜ਼, ਉਹਨਾਂ ਨੇ ਅੱਜ ਤੱਕ ਮੈਨੂੰ ਬਹੁਤ ਪਿਆਰ ਦਿੱਤਾ ਜਦੋਂ ਮੈਂ ਵਿਆਹ ਕੇ ਆਈ ਹਾਂ, ਬਹੁਤ ਜਿੰਨਾ ਸੱਸ ਪਿਆਰ ਕਰਦੇ ਆ ਮੈਨੂੰ, ਮਤਲਬ ਕਿ ਸਾਰੇ ਵਧੀਆ ਨੇ ਇਹਨਾਂ 'ਚ। ਹਾਂਜੀ ਜ਼ਰੂਰ, ਮੈਂ ਤਾਂ ਕਿਹਾ ਆਪਣੀ ਪੜ੍ਹਾਈ ਕੰਪਲੀਟ ਕਰ, ਮੈਂ ਜ਼ਰੂਰ ਕਰੂੰਗਾ। ਜ਼ਰੂਰ ਕਰੋਗੇ? ਹਾਂਜੀ ਜੀ, ਪ੍ਰੋਮਿਸ ਕਰੋ ਉਹਨਾਂ ਦਾ ਹੱਥ ਫੜ ਕੇ। ਪ੍ਰੋਮਿਸ ਕਰਦਾ, ਹੱਸ ਕੇ ਨਹੀਂ, ਸਹੀ ਸੀਰੀਅਸ ਹੋ ਕੇ। ਸੀਰੀਅਸ ਹੋ ਕੇ ਸੱਚੀ ਖੁਸ਼ੀ ਹੋਈ ਆ ਹੁਣ ਤੁਹਾਨੂੰ? ਹਾਂਜੀ, ਹੁਣ ਕਿਤੇ ਨਾ ਕਿਤੇ ਉਮੀਦ ਜਾਗੀ ਹੋਣੀ ਕਿ ਜਿਹੜੇ ਮੇਰੇ ਸੁਪਨੇ ਦੱਬ ਗਏ ਸੀ ਉਹ ਪੂਰੇ ਹੋਣਗੇ। ਹਾਂਜੀ, ਤੇ ਸੋਸ਼ਲ ਮੀਡੀਆ ਤੇ ਤੁਸੀਂ ਨਾ ਜਦੋਂ ਤੁਹਾਨੂੰ ਲੋਕ ਕੋਈ ਬੈਡ ਕਮੈਂਟ ਕਰਦਾ ਜਾਂ ਕੁਝ ਗਲਤ ਕਹਿੰਦਾ, ਫਿਰ ਤੁਹਾਡੇ ਮਨ ਤੇ ਕੀ ਬੀਤਦਾ? ਫਿਲਹਾਲ ਤਾਂ ਅੱਜ ਤੱਕ ਸਾਨੂੰ ਬੈਡ ਕਮੈਂਟ ਆਇਆ ਨਹੀਂ, ਪਰ ਲੋਕਾਂ ਦੀ ਸੋਚ ਬਹੁਤ ਗੰਦੀ ਅੱਜ ਕੱਲ੍ਹ ਲਿਆਉਣ ਦੀ, ਹੈ ਨਾ, ਕਿ ਉਹ ਦੇਖਦੇ ਆ ਕਿ ਇੱਦਾਂ ਕਰਦੇ ਆ, ਉਹ ਇੱਦਾਂ ਕਰਦੇ ਆ, ਹੈ ਨਾ। ਉਹਨਾਂ ਨੂੰ ਇਹ ਨਹੀਂ ਹੈਗਾ ਕਿ ਉਹ ਆਪਣੇ ਘਰੇ ਕਰਦੇ ਜੋ ਕਰਦੇ, ਹੈ ਨਾ, ਆਪਣੀ ਲਾਈਫ 'ਚ ਜੋ ਕਰਨਾ ਚਾਹੁੰਦੇ ਉਹਨੂੰ ਕਰਨ ਦਿਓ, ਤੁਹਾਨੂੰ ਕੀ, ਹੈ ਨਾ। ਲੋਕਾਂ ਨੂੰ ਬਸ ਇਹ ਆ ਕਿ ਅਸੀਂ ਬਸ ਦੂਜਿਆਂ ਦਾ ਮਜ਼ਾਕ ਉਡਾ ਲਈਏ, ਹੈ ਨਾ, ਜਾਂ ਉਹਨਾਂ ਨੂੰ ਨਾ ਇੰਨਾ ਕੁ ਹਰਟ ਕਰੀਏ ਨਾ ਕਿ ਉਹ ਬਸ ਕੁਛ ਨਾ ਕੁਛ, ਕਈ ਤਾਂ ਮੈਂ ਦੇਖਿਆ ਸੁਸਾਈਡ ਕਰਨ ਤੱਕ ਵੀ ਚੱਲ ਜਾਂਦੇ, ਹੈ ਨਾ, ਬਹੁਤ ਕੁਛ ਕਰਦੇ ਆ ਅੱਜ ਕੱਲ੍ਹ ਲੋਕ, ਬੱਚੇ ਵੀ ਵੀਡੀਓ ਪਾਉਂਦੇ ਆ, ਉਹਨਾਂ ਨੂੰ ਵੀ ਕਮੈਂਟ ਆ ਜਾਂਦੇ ਤੁਸੀਂ ਕੀ ਕਰਦੇ ਪਏ ਹੋ, ਹੈ ਨਾ, ਬਹੁਤ ਕੁਛ ਬੈਡ ਬੋਲਦੇ ਆ, ਤਕਲੀਫ ਹੁੰਦੀ ਹੈ ਕਈ ਵਾਰ। ਹਾਂਜੀ, ਪਲੱਸ ਟੂ ਕਲੀਅਰ ਕਰੀਏ ਪਹਿਲਾਂ, ਫਿਰ ਦੇਖਦੇ ਹਾਂ ਕੀ ਕਰਨਾ ਅੱਗੇ ਮੈਂ। ਹਾਂਜੀ, ਇਹਨਾਂ 'ਤੇ ਤਾਂ ਮੈਨੂੰ ਰੱਬ ਜੀ ਨਾਲ ਵਿਸ਼ਵਾਸ ਹੈ, ਸੱਚੀ ਦੱਸਾਂ ਤਾਂ। ਰੱਬ ਜੀ ਨਾਲ ਵਿਸ਼ਵਾਸ? ਹਾਂਜੀ, ਤੁਸੀਂ ਕਰਦੇ ਹੋ ਨਾ ਕਿ ਰੱਬ ਜੀ ਨਾਲ ਵਿਸ਼ਵਾਸ? ਹਾਂਜੀ, ਹੈ, ਇਹਨਾਂ ਦੀ ਹਰ ਗੱਲ ਮੰਨਦੇ ਹੋ? ਹਾਂਜੀ, ਮੰਨਣ ਵਾਲੀਆਂ ਮੰਨਦੇ ਆ, ਮੰਨਣ ਵਾਲੀਆਂ ਮੰਨਦੇ, ਸਾਰੀਆਂ ਨਹੀਂ ਮੰਨਦੇ। ਮੈਂ ਇਹਨਾਂ ਨੂੰ ਜ਼ਿਆਦਾ ਕੁਛ ਕਹਿੰਦੀ ਨਹੀਂ, ਡਿਮਾਂਡ ਦਿੰਦੀ ਨਹੀਂ ਕਿ ਜਿਹੜੀ ਇਹਨਾਂ ਨੂੰ ਔਖੀ ਲੱਗੇ ਕਿ ਗੱਲ ਨਾ ਮੰਨਣ। ਅੱਛਾ, ਮੋਬਾਈਲ ਫੋਨ ਦੀ ਜਦੋਂ ਯੂਜ਼ ਕਰਦੇ ਹੋਵੋਗੇ ਤੁਸੀਂ, ਹੈ ਨਾ, ਉੱਥੇ ਜੇ ਕਿਸੇ ਖਿਡਾਰਨ ਦੀ ਫੋਟੋ ਦੇਖ ਲਈ, ਬਹੁਤ ਕਈ ਵਾਰ ਖੁਸ਼ੀ ਹੁੰਦੀ ਆ ਕਿ ਹਾਂ ਮੈਂ ਵੀ ਇੱਥੇ ਹੋਣਾ ਸੀ। ਹਾਂਜੀ, ਹਾਂਜੀ, ਮੈਂ ਮੇਰੀ ਹਰ ਇੱਕ ਸ਼ੌਂਕ ਪੂਰਾ ਕੀਤਾ, ਮਤਲਬ ਕਿ ਉਹਨਾਂ ਨੇ, ਲਾਡਲਾ ਬੱਚਾ ਤੁਹਾਨੂੰ ਪਤਾ ਹੀ, ਸਭ ਤੋਂ ਛੋਟਾ ਲਾਡਲਾ ਹੁੰਦਾ ਨਾ, ਬਹੁਤ ਮੈਨੂੰ ਉਹਨਾਂ ਨੇ ਕਿਹਾ ਤੂੰ ਜੋ ਕਰਨਾ ਚਾਹੁੰਦੀ ਖੁੱਲ੍ਹ ਕੇ ਕਰ, ਤੈਨੂੰ ਕਿਸੇ ਚੀਜ਼ ਦੀ ਨਾ, ਮਤਲਬ ਕਿ ਜਿਹੜਾ ਤੁਹਾਡਾ ਪੇਕਾ ਪਰਿਵਾਰ ਸਪੋਰਟ ਕਰਦਾ ਸੀ, ਪਰਿਵਾਰ ਵੱਲੋਂ ਸਪੋਰਟ ਨਹੀਂ ਮਿਲੀ,
ਕਿਤੇ ਨਾ ਕਿਤੇ ਅੰਦਰੋਂ ਵੀ ਟੁੱਟੇ ਹੋਣੇ ਕਿ ਇੱਕ ਸੁਪਨਾ ਪੂਰਾ ਕਰਨ ਲਈ ਮੈਂ ਆਪਣਾ ਇੰਨਾ ਵੱਡਾ ਸੁਪਨਾ ਪਿੱਛੇ ਕਰ ਦਿੱਤਾ, ਮੇਰੇ ਬਚਪਨ ਦਾ ਸੁਪਨਾ ਸੀ। ਹਾਂਜੀ ਇਹ ਤਾਂ ਕਈ ਵਾਰ ਹੁੰਦਾ, ਪਰ ਕੋਈ ਹਰ ਕੁੜੀ ਦਾ ਸ਼ੌਂਕ, ਮੈਂ ਅੱਜ ਕੱਲ੍ਹ ਇਹ ਵੀ ਦੇਖਦੀ ਹਾਂ ਨਾ ਕਿ ਕੁੜੀਆਂ ਬਹੁਤ ਸਾਰੀਆਂ ਜਿਨ੍ਹਾਂ ਨੇ ਆਪਣੇ ਸ਼ੌਂਕ ਮਾਰਦੀਆਂ ਪਈਆਂ ਵਾ, ਉਹਨਾਂ ਦੇ ਸ਼ੌਂਕ ਨਹੀਂ ਪੂਰੇ ਹੁੰਦੇ ਪਏ। ਤਾਂ ਮੈਨੂੰ ਵੀ ਇੱਦਾਂ ਲੱਗਦਾ, ਮੈਂ ਕਿਹਾ ਕੋਈ ਨਾ ਨਹੀਂ, ਕਈ ਵਾਰ ਆਪਣੇ ਜੋ ਪੇਰੈਂਟਸ ਤਾਂ ਹਰ ਬੱਚੇ ਦੇ ਚਾਅ ਪੂਰਾ ਕਰਦੇ ਨਾ, ਕਈ ਵਾਰ ਅੱਗੇ ਜਾ ਕੇ ਆਪਾਂ ਨੂੰ ਦੇਖਣਾ ਪੈਂਦਾ ਉਸ ਤਰੀਕੇ ਨਾਲ ਚੱਲਣਾ ਪੈਂਦਾ ਕਿ ਹਾਂ। ਹਾਂਜੀ ਕੀ ਪਤਾ ਹਸਬੈਂਡ ਨਾਲ ਨੇ ਘਰ ਵੀ ਦੇਣ, ਸਾਥ ਇਹਨਾਂ ਦਾ ਪੂਰਾ ਹੁੰਦਾ ਮੈਨੂੰ। ਹਾਂਜੀ ਮੈਸੇਜ ਇਹੀ ਹੈ ਕਿ ਖੁਸ਼ ਰਹੋ ਆਪਣੇ ਘਰੇ, ਬਸ ਇਹੀ ਹੈ ਕਿ ਹੱਸਦੇ ਵੱਸਦੇ ਰਹੋ ਆਪਣੇ ਸ਼ੌਂਕਾਂ ਨੂੰ ਲੈ ਕੇ, ਜਿਵੇਂ ਤੁਹਾਡੇ ਸ਼ੌਂਕ ਬਾਰੇ ਨੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਵੀ ਹੈ ਨਾ ਕੋਈ ਚੱਲਣਾ ਚਾਹੁੰਦਾ ਆਪਣੇ ਤਰੀਕੇ ਨਾਲ, ਜਿੱਦਾਂ ਆਪਣੀ ਲਾਈਫ ਜੀਣਾ ਚਾਹੁੰਦਾ ਕੋਈ ਵੀ ਨਾ, ਉਹਨਾਂ ਨੂੰ ਬਸ ਅੱਗੇ ਵਧੋ, ਪਿੱਛੇ ਮਤਲਬ ਕਿ ਰੁਕੋ ਨਾ ਕਿਸੇ ਵੀ, ਹੈ ਨਾ, ਵਧੀ ਜਾਓ ਅੱਗੇ, ਜੋ ਕਰਨਾ ਤੁਸੀਂ ਖੁੱਲ੍ਹ ਕੇ ਕਰੋ, ਡਰੋ ਨਾ ਕਿਸੇ ਤੋਂ। ਥੈਂਕ ਯੂ।